ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਮੁੱਚਾ ਭਾਈਚਾਰਾ ਸਾਰਾਗੜ੍ਹੀ ਸਰਾਂ ਕੌਲ ਪੰਚ ਪ੍ਰਧਾਨੀ ਅਕਾਲ ਯੂਥ ਜਥੇਬੰਦੀ ਦੇ ਸਥਾਪਨਾ ਮੌਕੇ ਇਕੱਠਾ ਹੋਇਆ। ਇਸ ਮੌਕੇ ਪੰਥਕੀ ਸ਼ਖਸੀਅਤਾਂ ਵੱਲੋਂ ਅਰਦਾਸ ਕਰਕੇ ਅਕਾਲ ਯੂਥ ਦਾ ਗਠਨ ਕੀਤਾ ਗਿਆ। ਇਸ ਵਿੱਚ ਪੰਜ ਸਿੰਘ ਜਸਵਿੰਦਰ ਸਿੰਘ ਰਾਜਪੁਰਾ, ਭਾਈ ਸਤਵੰਤ ਸਿੰਘ ਸੱਤੀ, ਭਾਈ ਰਾਜਨ ਸਿੰਘ ਦਮਦਮੀ ਟਕਸਾਲ, ਭਾਈ ਬਲਵੀਰ ਸਿੰਘ ਖਡੂਰ ਸਾਹਿਬ ਤਰਨਾ ਦਲ, ਭਾਈ ਮਹਾਂ ਸਿੰਘ ਆਦਿ ਸ਼ਾਮਿਲ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਰਾਮ ਸਿੰਘ ਨੇ ਦੱਸਿਆ ਕਿ ਅੱਜ ਅਕਾਲ ਯੂਥ ਦੀ ਸਥਾਪਨਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਨ ਦੇ ਉਪਰੰਤ ਸਮੁੱਚਾ ਭਾਈਚਾਰਾ ਸਾਰਾਗੜ੍ਹੀ ਸਰਾਂ ਦੇ ਬਾਹਰ ਇਕੱਠਾ ਹੋਇਆ ਹੈ। ਇਹ ਅਕਾਲ ਯੂਥ ਜਥੇਬੰਦੀ ਕੌਮ ਦੇ ਸਿਧਾਂਤਾਂ 'ਤੇ ਅਤੇ ਕੌਮ ਦੇ ਸੁਧਾਰ ਲਈ ਵਚਨਬੱਧ ਹੈ। ਇਹ ਅਕਾਲ ਯੂਥ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਸਾਥ ਦਿੰਦਿਆਂ ਦੇਸ਼ ਦੀਆਂ ਧੀਆਂ ਭੈਣਾਂ ਦੇ ਹੋ ਰਹੇ ਬਲਾਤਕਾਰ, ਪੰਜਾਬ 'ਚ ਨਸ਼ਿਆਂ ਨੂੰ ਮੁਕਤ ਕਰਨ ਅਤੇ ਸੜਕਾਂ 'ਤੇ ਧੱਕੇ ਖਾ ਰਹੇ ਲੋਕਾਂ ਦੇ ਹੱਕ ਵਿੱਚ ਅਕਾਲ ਯੂਥ ਹਮੇਸ਼ਾ ਉਹਨਾਂ ਦਾ ਸਾਥ ਦੇਵੇਗੀ। ਇਸ ਲਈ ਉਹਨਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਕਾਲ ਯੂਥ ਦਾ ਸਮਾਜ ਦੇ ਹਿੱਤ ਨੂੰ ਦੇਖਦਿਆਂ ਸਾਥ ਦੇਣ। ਅਕਾਲ ਯੂਥ ਦਾ ਅਹਿਮ ਮੁੱਦਾ ਸਿੱਖੀ ਤੋਂ ਪਤਿਤ ਹੋਏ ਨੌਜਵਾਨਾਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਨਾ ਹੋਵੇਗਾ। ਇਸ ਤੋਂ ਇਲਾਵਾ ਪੰਜਾਬੀ ਬੋਲੀ ਤਰੱਕੀ ਦੇ ਵਿੱਚ ਪੰਜਾਬ ਦੇ ਪਾਣੀ ਦੀ ਲੁੱਟ ਵਿਰੁੱਧ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਸੰਬੰਧੀ, ਸਕੂਲਾਂ ਕਾਲਜਾਂ ਵਿੱਚ ਗੁਰਮਤਿ ਕੈਂਪ ਲਗਾਉਣਾ ਅਤੇ ਹਵਾ ਵਿੱਚ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਸੰਬੰਧੀ ਕਾਰਜਾਂ ਸੰਬੰਧੀ ਕਾਰਜਸ਼ੀਲ ਰਹੇਗੀ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ। ਗੂੰਜਦੇ ਰਹੇ ਸੀਗੇ ਬੋਲੇ ਸੋ ਨਿਹਾਲ, ਖਾਲਿਸਤਾਨ ਜ਼ਿੰਦਾਬਾਦ, ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ, ਉਹ ਨਾਰੇ ਜਿਹੜੇ ਉਦੋਂ ਗੂੰਜਦੇ ਰਹੇ ਸੀਗੇ ਉਹ ਅੱਜ ਵੀ ਲਗਾਤਾਰ ਪੰਜਾਬ ਗੂੰਜਦੇ ਸੁਣਦੇ ਨੇ। ਉਹ ਉਹਨਾਂ ਨੂੰ ਸਾਡੀ ਅਣਖ ਜਿਉਂਦੀ ਆ, ਜਿਹਨਾਂ ਦੀ ਜ਼ਮੀਰ ਜਾਗਦੀ ਆ, ਸਮਝਦੇ ਨੇ, ਉਹਨਾਂ ਨੂੰ ਭਲੀ ਭਾਂਤ ਪਤਾ ਕਿ ਕੌਮ ਦੀ ਅਗਵਾਈ ਕੌਣ ਕਰੇ, ਪੰਜਾਬ ਦੀ ਅਗਵਾਈ ਕੌਣ ਕਰੇ। ਸੋ ਉਹਨਾਂ ਨੂੰ ਉਹਨਾਂ ਦੇ ਵਿੱਚ ਪੰਜ ਵਰੇ ਬੀਤ ਚੁੱਕੇ ਨੇ, ਪਰ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਜਿਹੜਾ ਉਹ ਜਲੌ ਸੀਗਾ ਅੱਜ ਵੀ ਨੌਜਵਾਨ ਹੋਇਆ। ਸੰਘਰਸ਼ ਦੀ ਰੂਪ ਰੇਖਾ ਕਈ ਵਾਰ ਬਦਲ ਜਾਂਦੀ ਹੈ, ਕਈ ਵਾਰ ਉਤਾਰ ਚੜ੍ਹਾਅ ਜ਼ਰੂਰ ਆ ਜਾਂਦੇ ਆ, ਪਰ ਜੇਲ੍ਹ ਵਿੱਚ ਬੰਦ ਹੋਣ ਦੇ ਉਹਦੇ ਵਿੱਚ ਰਤਾ ਵੀ ਕਮੀ ਨਹੀਂ ਆਈ ਹੈਗੀ। ਕੁਲਦੀਪ ਸਿੰਘ ਦਿਵਾਲੀ ਹੈ ਜੀ, ਕੀ ਕਹਿਣਾ ਚਾਹੋਗੇ? ਜਿਹੜੀ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਕਿ ਅੱਜ ਅਸੀਂ ਨੌਜਵਾਨਾਂ ਦੀ ਤਰਸਯੋਗ ਹਾਲਤ ਦੇਖ ਕੇ ਹੋਰਾਂ ਪਾਰਟੀਆਂ ਦੇ ਵਿੱਚ, ਭਾਵੇਂ ਉਹ ਕਾਂਗਰਸ ਹੈ, ਬਾਦਲ ਹੈ ਜਾਂ ਹੋਰ ਪਾਰਟੀਆਂ ਜਿੰਨੀਆਂ ਵੀ ਲਾ ਲਓ, ਕਿ ਨੌਜਵਾਨਾਂ ਨੂੰ ਕੋਈ ਸਹੀ ਅਗਵਾਈ ਨਹੀਂ ਦੇ ਰਹੀਆਂ। ਨੌਜਵਾਨ ਭਟਕਿਆ ਹੋਇਆ ਸਾਡਾ, ਨਾ ਉਹ ਆਪਣੇ ਧਰਮ ਦੇ ਜੋਗਾ ਰਿਹਾ, ਧਰਮ ਤੋਂ ਵੀ ਭਟ ਗਿਆ, ਉਹ ਰਾਜਨੀਤਿਕ ਤੌਰ 'ਤੇ ਵੀ ਭਟ ਗਿਆ। ਸਾਡੀ ਕੋਸ਼ਿਸ਼ ਹੋਊਗੀ ਕਿ ਨੌਜਵਾਨਾਂ ਨੂੰ ਅਸੀਂ ਪ੍ਰੇਰਿਤ ਕਰਕੇ, ਧਾਰਮਿਕ ਤੌਰ 'ਤੇ ਅਤੇ ਰਾਜਨੀਤਿਕ ਤੌਰ 'ਤੇ ਜਾਗਰੂਕ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਅਗਵਾਈ ਯੋਗ ਬਣਾਈਏ। ਸਾਡੇ ਮੁੱਖ ਏਜੰਡੇ ਇਹੀ ਹੈਗੇ ਜੀ, ਜਿੱਦਾਂ ਸਮਾਜਿਕ ਰੀਤੀਆਂ ਦੇ ਤੌਰ 'ਤੇ ਵਾਤਾਵਰਣ ਨੂੰ ਸਾਂਭਣਾ, ਨੌਜਵਾਨਾਂ ਨੂੰ ਨਸ਼ੇ ਤੋਂ ਬਚਾ ਕੇ ਗੁਰਮਤਿ ਸਿਧਾਂਤ ਦੇ ਨਾਲ ਜੋੜਨਾ, ਉਸ ਤੋਂ ਬਾਅਦ ਜਿੱਦਾਂ ਪਾਣੀ ਦੀ ਸਾਂਭ ਸੰਭਾਲ ਕਰਨਾ, ਜਾਂ ਬੱਚਿਆਂ ਨੂੰ ਜਿਹੜਾ ਪੜ੍ਹਾਈ ਦਾ ਹਾਇਰ ਸਟੱਡੀ ਹੈ ਉਹਦੇ ਬਾਰੇ ਪ੍ਰੇਰਿਤ ਕਰਕੇ ਉਹਨਾਂ ਨੂੰ ਯੋਗਤਾ ਅਨੁਸਾਰ ਉੱਚ ਅਹੁਦਿਆਂ 'ਤੇ ਲੈ ਕੇ ਜਾਣਾ, ਔਰ ਹੋਰ ਵੀ ਜਿੰਨੀਆਂ ਵੀ ਸਮਾਜਿਕ ਰੀਤੀਆਂ ਉਹਨਾਂ ਸਾਰਿਆਂ ਨੂੰ ਅਸੀਂ ਖਤਮ ਕਰਨ ਦਾ, ਲੋਕਾਂ 'ਚ ਜਾਗਰੂਕਤਾ ਪੈਦਾ ਕਰਕੇ ਖਤਮ ਕਰਨ ਦਾ ਮਤਲਬ ਉਪਰਾਲਾ ਕਰਾਂਗੇ। ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਪੰਜਾਬ ਦੇ ਲੋਕਾਂ 'ਤੇ ਇਹੀ ਅਪੀਲ ਕਰਾਂਗੇ ਕਿ ਅੱਜ ਯੂਥ ਅਕਾਲ ਦਾ ਗਠਨ ਹੋਇਆ, ਨੌਜਵਾਨਾਂ ਨੂੰ ਜਿਹੜੇ ਸਹੀ ਸੇਧ ਵੱਲ ਅਸੀਂ ਲੈ ਕੇ ਜਾਵਾਂਗੇ, ਵੱਧ ਤੋਂ ਵੱਧ ਲੋਕ ਨੌਜਵਾਨ ਅਕਾਲ ਯੂਥ ਨਾਲ ਜੁੜਨ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਮਾਹੌਲ ਹੈ ਜਾਂ ਪੰਜਾਬ ਦਾ ਜਿਹੜਾ ਵੀ ਵਾਤਾਵਰਣ ਆ ਉਹ ਸਹੀ ਹੋ ਸਕੇ, ਔਰ ਨੌਜਵਾਨ ਹੈ ਜਿਹੜਾ ਅੱਗੇ ਅਗਵਾਈ ਕਰ ਸਕੇ, ਖੁਦ ਅਗਵਾਈ ਕਰ ਸਕੇ, ਨਾ ਕਿ ਕਿਸੇ ਰਾਜਨੀਤਿਕ ਲੀਡਰਾਂ ਦੇ ਥੱਲੇ ਆ ਕੇ ਗਲਤ ਕੰਮ ਕਰੇ।